ਵੈਸੇ ਤੇ ਤੁਸੀਂ ਵੇਖੋ ਨਾ ਆਮ ਕਰਕੇ ਕਈ ਜਿਹੜੇ ਬਜ਼ੁਰਗ ਨੇ ਉਹ ਇੰਟਰਨੈਟ ਨੂੰ ਮੋਬਾਈਲ ਨੂੰ ਜਾਂ ਫਿਰ ਟੀਵੀ ਨੂੰ ਰੱਜ ਕੇ ਭੰਡਦੇ ਨੇ ਉਹ ਇਹ ਗੱਲ ਕਹਿੰਦੇ ਵੇਖੋ ਜੀ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਇੰਟਰਨੈਟ ਨੇ ਵਿਗਾੜ ਦਿੱਤਾ ਮੋਬਾਈਲ ਨੇ ਵਿਗਾੜ ਦਿੱਤਾ ਟੀਵੀ ਨੇ ਵਿਗਾੜ ਦਿੱਤਾ ਹੈ ਇਹ ਟੀਵੀ ਹੈ ਜਿਹੜਾ ਇੰਟਰਨੈਟ ਹੈ ਸਾਡੇ ਬੱਚਿਆਂ ਨੂੰ ਗਲਤ ਪਾਸੇ ਨੂੰ ਤੋਰ ਰਿਹਾ ਪਰ ਮੈਂ ਉਹਨਾਂ ਬਜ਼ੁਰਗਾਂ ਨੂੰ ਵੀ ਇਹ ਗੱਲ ਕਹਿਣੀ ਚਾਹਾਂਗਾ ਕਿ ਬਜ਼ੁਰਗੋ ਕੋਈ ਵੀ ਚੀਜ਼ ਜਿਹੜੀ ਹੈ ਉਹ ਕਿਸੇ ਨੂੰ ਵਿਗਾੜ ਨਹੀਂ ਸਕਦੀ। ਨਾ ਟੀਵੀ ਕਿਸੇ ਦੇ ਬੱਚੇ ਨੂੰ ਵਿਗਾੜ ਸਕਦਾ। ਨਾ ਫੋਨ ਕਿਸੇ ਦੇ ਬੱਚੇ ਨੂੰ ਵਿਗਾੜ ਸਕਦਾ। ਨਾ ਇੰਟਰਨੈਟ ਕਿਸੇ ਦੇ ਬੱਚੇ ਨੂੰ ਵਿਗਾੜ ਸਕਦਾ। ਇਹ ਤਾਂ ਬੰਦੇ ਦੀ ਸੋਚ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਨੇ ਵਿਗੜਨਾ ਜਾਂ ਨਹੀਂ ਵਿਗੜਨਾ। ਹੁਣ ਤੁਸੀਂ ਵੇਖੋ ਜਿਹੜੀ ਐਗਜ਼ਾਮਪਲ ਮੈਂ ਸਾਂਝੀ ਕਰ ਰਿਹਾ ਸੀਗਾ ਕਿ ਇੱਕ ਗੁਰਮੁਖ ਹੋਵੇ ਤੇ ਇੱਕ ਮਨਮੁਖ ਹੋਵੇ ਗੁਰਮੁਖੋ ਜਿਹੜਾ ਗੁਰੂ ਦੇ ਪਿੱਛੇ ਲੱਗ ਕੇ ਤੁਰਦਾ ਹੈ ਗੁਰੂ ਗਿਆਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਤੇ ਮਨਮੁਖ ਉਹ ਜਿਹੜਾ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਆਪਣੇ ਭੈੜੇ ਥਾਟਸ ਦੇ ਪਿੱਛੇ ਲੱਗ ਕੇ ਤੁਰਦਾ ਹੈ ਭੈੜੀਆਂ ਵਿਚਾਰਾਂ ਦੇ ਪਿੱਛੇ ਲੱਗ ਕੇ ਤੁਰਦਾ ਹੈ ਹੁਣ ਦੋਨਾਂ ਦੇ ਕੋਲ ਹੀ ਮੋਬਾਈਲ ਫੋਨ ਹੈਗਾ ਦੋਨਾਂ ਦੇ ਫੋਨ ਦੇ ਵਿੱਚ ਇੰਟਰਨੈਟ ਵੀ ਚੱਲਦਾ ਹੈ YouTube ਵੀ ਹੈਗੀ ਹੈ ਦੋਨਾਂ ਦੇ ਫੋਨ ਦੇ ਵਿੱਚ ਹੁਣ ਗੌਰ ਕਰਿਓ ਜਿਸ ਬੰਦੇ ਦੇ ਕੋਲ ਗੁਰੂ ਦਾ ਗਿਆਨ ਹੈ ਨਾ ਜਿਹੜਾ ਗੁਰਮੁਖ ਹੈ ਉਹ ਜਦੋਂ YouTube ਦੇ ਉੱਤੇ ਸਰਚ ਕਰੇਗਾ ਉਹ ਕੀ ਸਰਚ ਕਰੇਗਾ ਉੱਥੇ ਉਹ ਗੁਰਬਾਣੀ ਦੀ ਕਥਾ ਸਰਚ ਕਰੇਗਾ ਗੁਰਬਾਣੀ ਦਾ ਕੀਰਤਨ ਸਰਚ ਕਰੇਗਾ ਢਾਡੀ ਵਾਰਾਂ ਸਰਚ ਕਰ ਲਏਗਾ ਗੁਰਬਾਣੀ ਦਾ ਪਾਠ ਸਰਚ ਕਰ ਲਏਗਾ ਕੋਈ ਚੰਗੀਆਂ ਚੀਜ਼ਾਂ ਸੁਨੇਗਾ ਕੋਈ ਮੋਟੀਵੇਸ਼ਨ ਵਾਲੀਆਂ ਸਪੀਚ ਸੁਣ ਲਏਗਾ ਕੋਈ ਇਨਸਪੀਰੇਸ਼ਨ ਲੈਣ ਵਾਲੀਆਂ ਵਿਚਾਰਾਂ ਸੁਣ ਲਏਗਾ ਕੋਈ ਟਾਕ ਸ਼ੋਅ ਸੁਣ ਲਏਗਾ ਮਤਲਬ ਜਿਹੜਾ ਗੁਰਮੁਖ ਬੰਦਾ ਹੋਏਗਾ ਨਾ ਜਿਨੇ ਗੁਰੂ ਕੋਲੋਂ ਮਤ ਲਈ ਹੈ ਜਿਨੇ ਗੁਰੂ ਦੇ ਗਿਆਨ ਨੂੰ ਜੀਵਨ ਚ ਕਮਾਇਆ ਹੈ ਉਹ ਜਦੋਂ ਵੀ ਸੁਨੇਗਾ ਕੋਈ ਚੰਗੀ ਗੱਲ ਸੁਨੇਗਾ ਤੇ ਦੂਜੇ ਪਾਸੇ ਇੱਕ ਮਨਮੁਖ ਬੰਦਾ ਹੈ ਉਹ ਜਦੋਂ ਹੁਣ ਇੰਟਰਨੈਟ ਦੇ ਉੱਤੇ YouTube ਖੋਲੇਗਾ ਤੇ ਉਹਨੇ ਕੀ ਵੇਖਣਾ ਹੈ ਉੱਥੇ ਉਹ ਗੰਦੀਆਂ ਫਿਲਮਾਂ ਸਰਚ ਕਰੇਗਾ ਅਸ਼ਲੀਲ ਗਾਣੇ ਸਰਚ ਕਰੇਗਾ ਸ਼ਰਾਬ ਵਾਲੇ ਗਾਣੇ ਸਰਚ ਕਰੇਗਾ ਹੋਰ ਵੀ ਜੋ ਕੁਝ ਉਹ ਭੈੜੇ ਤੋਂ ਭੈੜਾ ਸਰਚ ਕਰ ਸਕਦਾ ਹੈ ਉਹ ਉੱਥੇ ਕਰੇਗਾ ਇੰਟਰਨੈਟ ਇੰਟਰਨੈਟ ਹੀ ਹੈ ਇੰਟਰਨੈਟ ਆਪਣੇ ਆਪ ਦੇ ਵਿੱਚ ਮਾੜਾ ਨਹੀਂ ਹੈ ਮੋਬਾਈਲ ਫੋਨ ਆਪਣੇ ਆਪ ਦੇ ਵਿੱਚ ਮਾੜਾ ਨਹੀਂ ਹੈ ਕਿਉਂਕਿ ਮੋਬਾਈਲ ਫੋਨ ਤੇ ਇੰਟਰਨੈਟ ਗੁਰਮੁਖ ਦੇ ਕੋਲ ਵੀ ਹੈਗਾ ਤੇ ਮਨਮੁਖ ਦੇ ਕੋਲ ਵੀ ਹੈਗਾ ਪਰ ਦੋਨਾਂ ਦੀ ਸੋਚ ਜਿਹੜੀ ਹੈ ਨਾ ਉਹ ਵੱਖਰੀ-ਵੱਖਰੀ ਹੈ ਦੋਨਾਂ ਦੀ ਸੋਚ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਇਹਨਾਂ ਨੇ ਕੀ ਸਰਚ ਕਰਨਾ ਹੈ ਗੁਰਮੁਖ ਜਿਹੜਾ ਹੈ ਉਹ ਆਪਣੇ ਫੋਨ ਦੇ ਉੱਤੇ ਆਪਣੇ ਇੰਟਰਨੈਟ ਦੇ ਉੱਤੇ YouTube ਦੇ ਉੱਤੇ ਜਾ ਕੇ ਉਹ ਗੁਰਬਾਣੀ ਦੀ ਕਥਾ ਤੇ ਗੁਰਬਾਣੀ ਦਾ ਕੀਰਤਨ ਸਰਚ ਕਰਦਾ ਪਿਆ ਤੇ ਜਿਹੜਾ ਮਨਮੁਖ ਹੈ ਜਿਹੜਾ ਅਗਿਆਨੀ ਹੈ ਉਹ ਕੀ ਸਰਚ ਕਰ ਰਿਹਾ ਉਹ ਗੰਦੇ ਗੀਤ ਸਰਚ ਕਰੀ ਜਾਂਦਾ ਹੈ ਗੰਧੀਆਂ ਫਿਲਮਾਂ ਸਰਚ ਕਰੀ ਜਾਂਦਾ ਹੈ ਅਸ਼ਲੀਲ ਗੀਤ ਸਰਚ ਕਰੀ ਜਾਂਦਾ ਹੈ ਮਤਲਬ ਸੋਚ ਦੇ ਉੱਤੇ ਡਿਪੈਂਡ ਕਰਦਾ ਹੈ ਭੈੜਾ ਮਨੋਖੇ ਨਾ ਜਿਹੜਾ ਪਾਪ ਜਿਹੜਾ ਮਨਮੁਖ ਹੈ ਮਨਮੁਖ ਵਾਸਤੇ ਇੰਟਰਨੈਟ ਬਹੁਤ ਭੜਾ ਹੋ ਗਿਆ ਪਤਾ ਕਿਉਂ ਕਿਉਂਕਿ ਉਹਦੀ ਸੋਚ ਭੜੀ ਹੋ ਗਈ ਉਹਦੀ ਭੜੀ ਸੋਚ ਨੇ ਇੰਟਰਨੈਟ ਨੂੰ ਵੀ ਭੜਾ ਕਰ ਦਿੱਤਾ ਤੇ ਦੂਜੇ ਪਾਸੇ ਜਿਹੜਾ ਗੁਰਮੁਖ ਹੈ ਉਹਦੀ ਸੋਚ ਚੰਗੀ ਹੈ ਉਹਦੇ ਕੋਲ ਗੁਰੂ ਦਾ ਗਿਆਨ ਹੈ ਗੁਰਮੁਖ ਦੀ ਚੰਗੀ ਸੋਚ ਨੇ ਇੰਟਰਨੈਟ ਨੂੰ ਵੀ ਚੰਗਾ ਕਰ ਦਿੱਤਾ ਜਦੋਂ ਗੁਰਮੁਖ ਵੇਖੇਗਾ ਨਾ ਇੰਟਰਨੈਟ ਨੂੰ YouTube ਨੂੰ ਉਹ ਕਹੇਗਾ ਬੜੀ ਕਮਾਲ ਦੀ ਚੀਜ਼ ਹੈ ਇਹਦੇ ਉੱਤੇ ਤੇ ਮੈਂ ਗੁਰਬਾਣੀ ਦੀ ਕਥਾ ਸੁਣ ਲੈਣਾ ਵਾ ਗੁਰਬਾਣੀ ਦਾ ਕੀਰਤਨ ਸੁਣ ਲੈਣਾ ਵਾ ਇਹ ਤਾਂ ਬੜੀ ਵਧੀਆ ਚੀਜ਼ ਹੈ ਹੁਣ ਜਦੋਂ ਮਨਮੁਖ ਹੈ ਮਨਮੁਖ ਵੀ ਆਪਣੇ ਤੌਰ ਦੇ ਉੱਤੇ ਉਹਨੂੰ ਵਧੀਆ ਹੀ ਕਹੇਗਾ ਵੀ ਇੰਟਰਨੈਟ ਬਹੁਤ ਵਧੀਆ ਚੀਜ਼ ਹੈ ਕਿਉਂਕਿ ਗੰਦੀਆਂ ਫਿਲਮਾਂ ਉਹਨੂੰ ਉੱਥੋਂ ਮਿਲ ਰਹੀਆਂ ਨੇ ਪਰ ਸਾਨੂੰ ਪਤਾ ਹੈ ਕਿ ਜਿਹੜੀਆਂ ਉਹ ਗੰਦੀਆਂ ਫਿਲਮਾਂ ਸਰਚ ਕਰਦਾ ਪਿਆ ਜਿਹੜੇ ਗੰਦੇ ਗੀਤ ਸਰਚ ਕਰਦਾ ਪਿਆ ਅਸਲ ਦੇ ਵਿੱਚ ਉਹ ਚੰਗੇ ਨਹੀਂ ਹੈਗੇ ਇਹ ਵਿਚਾਰਾ ਭਰਮ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਪਿਆ ਮਾਧਵੇ ਕਹ ਆ ਕਹੀਏ ਭ੍ਰਮ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ ਪਿਛੇ ਜਿਹੋ ਜੀ ਗੱਲ ਇਹ ਮੰਨ ਕੇ ਬੈਠਾ ਹੋਇਆ ਉਹ ਗੱਲ ਉਸ ਤਰ੍ਹਾਂ ਦੀ ਨਾ ਹੋਵੇ ਭਰਮੋਸੇ ਨੂੰ ਤੇ ਕਿਹਾ ਜਾਂਦਾ ਨਾ ਸੋ ਇਹ ਭਰਮ ਦੇ ਵਿੱਚ ਹੈ ਇਸੇ ਤਰ੍ਹਾਂ ਗੁਰਬਾਣੀ ਕਥਾ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਤੁਸੀਂ ਮੇਰਾ YouTube ਚੈਨਲ ਬਲਜੀਤ ਸਿੰਘ ਦਿੱਲੀ ਅਫੀਸ਼ੀਅਲ ਉਸ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤੋਂ ਬਾਅਦ ਇੱਕ ਘੰਟੀ ਬਣੀ ਹੋਈ ਆਏਗੀ ਉਸ ਘੰਟੀ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਉਸ ਦਾ ਮੈਸੇਜ ਆਪਜੀ ਤੱਕ ਪੁੱਜ ਜਾਵੇ